ਇਹਨੂੰ ਮੈਂ ਪੁੱਛ ਲਿਆ ਤੇ ਪੁੱਤਰ ਹੁਣ ਮੈਨੂੰ ਦੱਸ ਪਿਆ ਤੈਨੂੰ ਲੋੜ ਕੀ ਸੀ ਇਹ ਗੱਲ ਕਰਨ ਦੀ। ਓਦਾਂ ਹੀ ਓਦਾਂ ਕਿੱਦਾਂ? ਬਸ ਮੇਲੇ ਲਾਤੇ ਯਾਰ ਤੂੰ ਮੇਲ ਹਰ ਵਾਰੀ ਤੂੰ ਮੇਲੇ ਦੀ ਗੱਲ ਕਰਨਾ ਜੀ। ਅੱਛਾ ਕੀ ਦੇਖਿਆ ਤੂੰ ਅੱਜ ਤੱਕ ਮੇਲੇ ਦੇ ਵਿੱਚ ਸਭ ਤੋਂ ਜਿਹੜਾ ਮਤਲਬ ਤੈਨੂੰ ਵਧੀਆ ਲੱਗਦਾ? ਉੱਥੇ ਝੂੜੇ ਮਾੜੇ ਸੀ ਬਾਈਕ ਯਾਰ ਝੂਟੇ ਮਾਟੇ ਫੇਰ ਦੱਸਦੇ ਤੂੰ ਕਿਤੇ ਝੂਟੇ ਮਾਟੇ ਦੇ ਥੱਲੇ ਤੇ ਨਹੀਂ ਆ ਗਿਆ ਸੀ? ਕੜੀ ਕੜੀ ਉਹੀ ਹਾਦਸਾ ਦੱਸੀ ਜਾਣ ਡੇ। ਉੱਥੇ ਇੱਕ ਜਾਦੂਗਰ ਸੀ। ਅੱਛਾ ਜੀ ਵਾਹ ਵਾਹ ਤੇ ਕੀ ਦੇਖਿਆ ਤੂੰ ਜਾਦੂਗਰ ਕੋਲੋਂ? ਉਹ ਗੇਂਦ ਗੁੰਮ ਕਰ ਦਿੰਦਾ ਸੀ ਜੀ। ਹੈ ਗੇਂਦ ਗੁੰਮ? ਗੇਂਦ ਗੁੰਮ ਕਰ ਦਿੰਦਾ ਸੀ ਜੀ। ਫੇਰ ਐ ਕਰਦਾ ਸੀ, ਉਹਦੇ ਹੱਥ 'ਚ ਗੇਂਦ ਹੀ ਨਹੀਂ ਸੀ ਹੁੰਦੀ। ਅੱਛਾ ਤੇ ਪਹਿਲੇ ਹੁੰਦੀ ਸੀ? ਮੈਂ ਉਹਨੂੰ ਪੁੱਛਿਆ ਕਿੰਨੇ ਕੁ ਪੈਸੇ ਲਏ ਆ ਸਿਖਾਉਣ ਦੇ, ਕਹਿੰਦਾ ਇਹ ਨਹੀਂ ਸਿਖਾ ਸਕਦਾ ਜੀ। ਅੱਛਾ ਕਹਿੰਦਾ ਮੇਰਾ ਬਿਜ਼ਨਸ ਠੱਪ ਹੋ ਜਾਏਗਾ। ਉਹਨੇ ਇਹ ਨਹੀਂ ਕਿਹਾ ਕਿ ਪੁੱਤਰ ਤੇਰੇ ਤੇ ਤਾਂ ਪਹਿਲੇ ਜਾਦੂ ਕੀਤਾ ਹੋਇਆ ਕਿਸੇ ਨੇ? ਏਦਾਂ ਨਹੀਂ ਮਤਲਬ ਕਿਸੇ ਨੇ ਉਹਨਾਂ ਨੇ ਕਿਹਾ ਕਿ ਤੂੰ ਕੋਈ ਟੂਣਾ ਟੱਪ ਗਿਆ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼? ਤੁਸੀਂ ਹਰ ਟਾਈਮ ਮਜ਼ਾਕ ਹੀ ਕਰਦੇ ਰਹੇ। ਹਾਂ ਇੱਥੇ ਮੈਂ ਪੁੱਤਰ ਸੀਰੀਅਸ ਹੋ ਜਾਵਾਂ ਤੇ ਤੁਸੀਂ ਤਾਂ ਮੇਰਾ ਸ਼ੋਅ ਬੰਦ ਕਰਾ ਦਿਓ ਨਾਲ ਹੋ ਕੇ। ਹਰ ਟਾਈਮ ਮਜ਼ਾਕ ਆਪ ਕਰਨਾ ਨਹੀਂ ਤਾਂ ਨਾ ਕਰਨ ਦੇਣਾ। ਉਹ ਬਾਰੀ ਬਰਸੀ ਖੱਟਣ ਗਿਆ ਸੀ ਜਿੱਦਾਂ ਦੀ ਸ਼ਕਲ ਆ ਤੈਨੂੰ ਉੱਥੇ ਰਹਿਣਾ ਚਾਹੀਦਾ ਸੀ। ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਪਾਣੀ। ਹਾਂ ਨੀ ਮੈਂ ਕੈਪਟਨ ਭੰਗੜੇ ਦਾ ਸੋਹਣੀਏ ਬਣ ਗਿੱਧਿਆਂ ਦੀ ਰਾਣੀ। ਨੀ ਮੈਂ ਕੈਪਟਨ ਭੰਗੜੇ ਦਾ ਸੋਹਣੀਏ ਬਣ ਗਿੱਧਿਆਂ ਦੀ ਰਾਣੀ। ਵਾਹ ਤੈਨੂੰ ਐਸੇ ਢੋਲਕੀ ਲੈ ਜਿਓ ਫਿਰ, ਗਿੱਧਾ ਭੰਗੜਾ ਢੋਲਕੀ ਸਭ ਇਕੱਠੇ ਹੋ ਜਾਣਗੇ। ਅਸੀਂ ਢੋਲਕੀ ਵਜਾਣੀ ਨਹੀਂ ਨਾ, ਹਾਂ ਦਿਖਾਣੀ ਹੈ। ਮੈਨੇ ਥਾਣੇਦਾਰਨੀ, ਮੈਂ ਥਾਣੇਦਾਰਨੀ ਹੈ ਥਾਣੇਦਾਰ ਦੀ। ਮੈਨੂੰ ਜਣੀ ਖਣੀ ਨਾ ਜਣੀ। ਬਸ ਲਓ ਜੀ ਆ ਦੋ ਗੱਲਾਂ ਨੋਟ ਕਰ ਲਈ, ਅੱਗੇ ਕੰਮ ਆਣਗੀਆਂ ਜ਼ਿੰਦਗੀ ਚ। ਹੋ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਤੇ ਤੂੰ ਆਪੇ ਜਾਣਾ ਸੀ ਪੁੱਤਰ, ਖੱਟਾ ਰੰਗ ਜੀ ਪਾਇਆ ਤੂੰ। ਸਰ ਤੁਸੀਂ ਮਾਣੀ ਖੱਟਾ ਕਰਤਾ। ਵਾਹ ਸ਼ਕਲ ਵੀ ਤਾਂ ਦੇਖ, ਉਹਨੂੰ ਦੇਖ ਕੇ ਨਹੀਂ ਹੋਇਆ ਕਦੇ। ਹੋ ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਮਸ਼ੀਨ ਤੇਰਾ ਵਿੱਚ ਹੱਥ ਆ ਗਿਆ, ਤੇਰਾ ਵਿੱਚ ਹੱਥ ਆ ਗਿਆ। ਉਹ ਸਿੱਖਦਾ ਪਿਆ ਸੀ ਮਸ਼ੀਨ। ਅੱਛਾ ਚਲੋ ਇੱਦਾਂ ਕਰ, ਬੋਲੀ ਮੇਰੀ ਸਾਰੀ ਭੁੱਲ ਗਈ ਮੈਨੂੰ ਕਰ ਲੈਣ ਦੋ ਹੁਣ ਠੀਕ, ਬੋਲੀ ਮੇਰੀ ਸਾਰੀ ਭੁੱਲ ਗਈ। ਵਾਹ ਜੀ ਵਾਹ ਪੁੱਤਰ, ਸ਼ਕਲ ਠੀਕ ਨਹੀਂ ਕੀਤੀ ਤੇ ਬੋਲੀ ਠੀਕ ਕਰਨ ਆ ਗਿਆ। ਆਦਾ ਬਾਬਾ। ਉਹ ਰੋਬ ਰੋਬ ਵਿੱਚ ਵਾਸ ਸਜਣ ਦਾ, ਉਹ ਦਾਦਾ ਦਰਵਾਜ਼ ਸਜਣ ਦਾ, ਉਹ ਤੁਰ ਪਿਆ ਲੈ ਯਾਰ ਦੇ ਘਰੂ ਮੈਂ ਛੱਡ ਨਹੀਂ ਸਕਦੀ ਉਹਦੇ ਦਾਲੂ। ਆ ਦੁਨੀਆ ਪਈ ਖਸ ਬਾਲੂ ਖਾਵੇ ਵੇ, ਆ ਦੁਨੀਆ ਪਈ ਖਸ ਬਾਲੂ ਖਾਵੇ ਤੇ ਮਸਤ ਵਾ ਫਿਰਦੀ। ਉਹ ਮੇਰਾ ਤੁੜਕਾ ਯਾਰ ਵਾ ਜਾਵੇ ਤੇ ਮਸਤ ਵਾ ਫਿਰਦੀ। ਉਹ ਮਸਤ ਬੜਾ ਦੜ ਗਏ ਵੀ ਬਾ ਨੱਚਣ ਲਾ ਦੜ ਗਏ ਵੀ ਬਾ, ਮਸਤ ਬੜਾ ਦੜ ਗਏ ਵੀ ਬਾ ਨੱਚਣ ਲਾ ਦੜ ਗਏ ਵੀ ਬਾ। ਨਾ ਜਾਈ ਮਾਤਾ ਦੇ ਵੇੜੇ, ਨਾ ਜਾਈ ਮਾਤਾ ਦੇ ਵੇੜੇ ਮਤ ਬਣਾ ਦੇਣ ਗਏ ਬੀਬਾ, ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ। ਐਸੀ ਮਸਤਾਂ ਦੀ ਯਾਰੀ ਨੀ, ਐਸੀ ਮਸਤਾਂ ਦੀ ਯਾਰੀ ਨੀ, ਉਹ ਭੁੱਲ ਜਾਏਗੀ ਦੁਨੀਆਦਾਰੀ ਨੀ, ਉਹ ਭੁੱਲ ਜਾਏਗੀ ਦੁਨੀਆਦਾਰੀ ਨੀ। ਅੱਗੇ ਆਪੇ ਤੁਸੀਂ ਗੀਤ ਬਣਾਉਣਾ, ਆਪੇ ਗੀਤ ਬਣਾਉਣਾ ਤੇ ਭੰਗੜਾ ਪਾ ਲੈਣਾ। ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ। ਕੀ ਬਾਤ ਹੈ ਜੀ, ਕੀ ਬਾਤ ਆ, ਕੀ ਬਾਤ ਆ, ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਵੀ ਬਹੁਤ ਸੋਹਣਾ ਗਾ ਸਕਦੇ ਸੀ, ਪਰ ਹਾਲਾਂਕਿ ਕਾਪੀ ਕੀਤਾ ਕਿਸੇ ਨੂੰ ਤੇ ਆਪਣਾ ਗਾਓ, ਕਦੇ ਐਵੇਂ ਛਿੱਤਰ ਨਾ ਖਾ ਬੈਠੇ ਹੋ ਬਾਹਰੋਂ। ਅੱਜ ਕੱਲ੍ਹ ਵੈਸੇ ਵੀ ਬਹੁਤ ਜਿਹੜੀਆਂ ਵੀਡੀਓ ਲੀਕ ਹੋਣ ਡਈਆਂ। ਤੁਸੀਂ ਮੈਨੂੰ ਪਛਾਣਿਆ ਨਹੀਂ ਜੀ, ਮੈਂ ਬਲਜੀਤ ਸਿੰਘ। ਓਹੋ ਕੈਪਟਨ ਬਲਜੀਤ ਸਿੰਘ ਕੌਣ 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 ਸਾਡੇ ਲਾਗੇ ਤਾਂ ਕੇ ਰਹਿੰਦੇ ਤੈਨੂੰ ਪਤਾ ਨਹੀਂ? ਪੁੱਤਰ ਧਾਗੇ ਚ ਰਹਿੰਦੇ ਹੋਊਗੇ, ਲਾਗੇ ਰਹਿੰਦੇ ਹੁੰਦੇ ਤੇ ਮੈਂ ਤਾਂ ਰਹਿਣ ਦਿੰਦਾ ਲਾਗੇ ਛੱਡ ਕੇ।